ਸੋਨੇ ਉਹ ਬੈਠ ਚੱਲੀਏ ਲੌਂਗ ਡਰਾਈਵ ਤੇ ਜੋ ਮੁੰਡਾ ਕਹਿੰਦਾ ਕਰ ਲੋ ਸਬਸਕ੍ਰਾਈਬ ਕਰ ਮੂਸੇ ਵਾਲਾ ਮਰ ਕੇ ਵੀ ਜੀ ਹੋ ਯਾਰ ਅੱਜ ਆ ਸਾਡਾ ਵਾਲਾ ਗੋਲੂ ਮੋਲੂ ਪ੍ਰਦੇਸਾਂ ਜ਼ਿੰਦਗੀ ਖਾਦੀ ਦਰਦ ਰੋਣਾ ਪੈਂਦਾ ਇਰੇ ਸਿਰਫ ਬਹੁਤ ਗਿਣਵੇਂ ਚੁਣਵੇ ਯਾਰ ਆ ਆਪਾਂ ਭੇਡਾਂ ਇਕੱਠੀਆਂ ਨਹੀਂ ਕੀਤੀਆਂ ਨਾ ਆਪਾਂ ਨੂੰ ਬਾਲਾ ਸ਼ੌਂਕ ਆ ਸਿਕਾਲ ਸਵੇਰ ਦੇ ਵੱਜ ਗਿਆ 4 ਤੇ ਆਪਾਂ ਵਲੌਗ ਸਟਾਰਟ ਕਰਨ ਲੱਗੇ ਆ ਤੇ ਹੁਣ ਆਪਾਂ ਚੱਲੇ ਆ ਸਾਹਿਬ ਤੇ ਬਾਕੀ ਆ ਜੋ ਦਿਨ ਦੇ ਵਿੱਚ ਕਾਣਾ ਤੁਹਾਨੂੰ ਸਾਰਾ ਦਿਖਾਵਾਂਗੇ ਬਹੁਤ ਗੱਲਾਂ ਕਰਨੀਆਂ ਸਾਡੇ ਨਾਲ ਜਿੱਦਾਂ ਬਾਕੀ ਵਲੌਗਸ ਨੂੰ ਪਿਆਰ ਦਿੱਤਾ ਤੇ ਇਹ ਵਲੌਗ ਨੂੰ ਵੇਦੇ ਪਿਆਰ ਦੀ ਹੋ ਪਾਏ ਵਲੌਗ ਦੇ ਨਾਲ ਜੁੜੇ ਰਹੋ ਐਂਡ ਤੱਕ ਸਾਰਿਆਂ ਨੇ ਜ਼ਰੂਰ ਦੇਖਣਾ ਚੁਕੰਦਰ ਜੀ ਦਾ ਕੀਤਾ ਪਿਆ ਮੂੰਹ ਦਾ ਧੋਰਾ ਇੱਕ ਤੇਰੇ ਫੋਨ ਤੇ ਆਇਆ ਉਹ ਗਾਲ ਨੀ ਕਰਨੀ ਬ੍ਰੋ ਮੈਂ ਤਾਂ ਕੱਢੋ ਚੋਰ ਤਾਂ ਮੇਰੇ ਨਾਲ ਹੀ ਆ ਮੈਂ ਕਾਲੇ ਕੱਛੇ ਵਾਲਿਆਂ ਨੂੰ ਕੀ ਕਹਿਣਾ ਹੈ ਸ਼ਟਰ ਚੱਕ ਆ ਤੇਰੀ ਡੋਲੇ ਦੇਖਣੇ ਜਿਹੜੀ ਰੋਜ਼ ਜਿੰਮ ਲਾਉਣਾ ਚੱਲ ਚੁਕੰਦਰੇ ਦੇ ਸ਼ਟਰ ਇੱਕ ਮਿੰਟ ਚੀਜ਼ੀ ਨਾ ਚੱਕ ਸ਼ਟਰ ਉਹ ਬੱਲੇ ਤੇਰੇ ਅਣੀਲ ਡੋਲੇ ਫਲਾਈ ਮੂੰਹ ਦੇਖੋ ਯਾਰ ਕਿੱਦਾਂ ਗੱਲ ਹੈ ਲੈ ਨਾ ਸੋਣਾ ਜਾ ਕੇ ਕੰਮ ਕਰ ਲਓ ਨੇਸਤੀ ਦੇ ਮਾਰਿਓ ਨਾ ਚਪੇੜਾ ਤਾਂ ਨੀ ਖਾਣੀ ਸੋਨੇ ਉਹ ਬੈਠ ਚੱਲੀਏ ਲੌਂਗ ਡਰਾਈਵ ਤੇ ਸੋਨੇ ਲੌਂਗ ਡਰਾਈਵ ਤੇ ਚੱਲੀਏ ਕਿੱਥੇ ਜਾਣਾ ਪਸੰਦ ਕਰਦੇ ਤੁਸੀਂ ਦੱਸੋ ਸਪੋਂਸਰ ਕਰ ਦੋ ਬਸ ਅੱਜ ਮੇਰੇ ਲੱਗਦਾ ਗੱਡੀ ਖੇਤਾਂ 'ਚ ਵੜ ਜਾਣੀ ਆ ਜੇ ਹਿਸਾਬ ਨਾਲ ਚੱਲਦੀ ਪਈ ਆ ਹੁਣ ਵਧੇ ਕੇ ਝੋਨੇ 'ਚ ਗੱਡੀ ਵੜ ਜਾਣੀ ਤੈਨੂੰ ਆਏ ਗੱਡੀ ਚਲਾਉਣੀ ਸਾਰੇ ਗੱਡੀਆਂ ਪਤਾ ਕਿੱਦਾਂ ਚਲਾਉਂਦੀਆਂ ਹੁੰਦੀਆਂ ਏਦਾਂ ਆਲਾ ਦੁਆਲਾ ਵੀ ਦੇਖਣਾ ਹੁੰਦਾ ਹੈ ਇਹ ਤਾਂ ਭਰਾਵਾ ਚੱਲਦਾ ਫਿਰਦਾ ਜਮਰਾਜ ਆ ਜਿਹੜੇ ਹੈਵੀ ਡਰਾਈਵਰ ਹੁੰਦੇ ਆ ਏਦਾਂ ਚਲਾਉਂਦੇ ਏਦਾਂ ਤੇ ਭਰਾਵਾ ਇਹ ਗੇਅਰ ਪਤਾ ਕਿੱਦਾਂ ਪਾਉਂਦੀਆਂ ਉਹਦੇ ਏਦਾਂ ਐਂ ਗੇਅਰ ਪਾਉਂਦੀਆਂ ਜਿਹੜੇ ਭਰਾਵਾ ਜਿਹਨਾਂ ਦੇ ਪੈਰ ਪੂਰ ਨਹੀਂ ਪਹੁੰਚਦੇ ਏਦਾਂ
ਇਦਾਂ ਤੇ ਚਲਾ ਦਿੰਦੇ ਇਦਾਂ ਡਾਰਲਿੰਗ ਮਿਲਦੇ ਆ ਬੇ ਲੋਗ ਵੀ ਬਾਬਿਓ ਯਾਰ ਹੋਣੀ ਹੋ ਗਏ ਰੈਡੀ ਤੇ ਅੱਜ ਦੀ ਆਪਣੀ ਆਊਟਫਿਟ ਹੈਗੀ ਕੁੜਤਾ ਪਜਾਮਾ ਯਾਰ ਹੋਣੀ ਚੱਲੇ ਆਪਣੇ ਰੈਲੇਟਿਵ ਦੇ ਉਹਨਾਂ ਦੇ ਫੰਕਸ਼ਨ ਆ ਦਸਾਂਝ ਕਲਾਂ ਦੱਸੋ ਫਿਰ ਕਿੱਦਾਂ ਲੱਗਦਾ ਅੱਜ ਕਮੈਂਟਾਂ 'ਚ ਦੱਸਿਓ ਫਿਰ ਮਿਲਦੇ ਹਾਂ ਸਾਨੂੰ ਉੱਥੇ ਆ ਕੇ लड़ाई नी मतलब चंगी सिखिया की देना चाहते लोगों सिखिया चाहते हैं मतलब दर्शन कर आ गए मैं माता नु मिल लिए कितना टाइम हो गया ਹੋਰ ਬਾਤ ਵਧੀਆ ਖੁਸ਼ ਹੈ ਨਾ ਖੁਸ਼ ਹੈ ਇੱਦਾਂ ਕਰ ਦੋ ਐ ਚੱਲ ਭੈਣ ਮੂਸੇ ਵਾਲਾ ਮਰ ਕੇ ਵੀ ਜੀ ਹੋ ਯਾਰਾ ਚ ਹਾਂਜੀ ਮਿੱਤਰੋ ਜਿੱਦਾਂ ਕਿ ਤੁਸੀਂ ਕਹਿੰਦੇ ਸੀ ਕਿ ਕੋਈ ਦਿਲ ਦੀ ਗੱਲ ਕਰੋ ਤੇ ਗੱਲਾਂ ਤਾਂ ਮੇਰਾ ਵੀ ਕੰਨ ਨੂੰ ਬਹੁਤ ਦਿਲ ਕਰਦਾ ਪਰ ਜੇ ਕੋਈ ਸਮਝੇ ਤਾਂ ਹੀ ਆ ਜੇ ਮੈਨੂੰ ਇਹ ਹੁੰਦਾ ਕਿ ਜੇ ਮੇਰੀ ਕੋਈ ਗੱਲ ਸੁਣਦਾ ਤਾਂ ਉਹਨੂੰ ਕੋਈ ਆਪਣੇ ਆਪ 'ਚ ਵੀ ਰੱਖੇ ਕਿ ਹਾਂ ਕੋਈ ਇੱਕ ਬੰਦੇ ਦੀ ਜੇ ਲਾਈਫ ਮੇਰੀ ਗੱਲਾਂ ਸੁਣ ਕੇ ਚੇਂਜ ਹੁੰਦੀਆਂ ਤਾਂ ਫੇਰ ਵਧੀਆ ਗੱਲ ਆ ਕਿਉਂਕਿ ਚੰਗੀਆਂ ਗੱਲਾਂ ਤਾਂ ਕੋਈ ਕੋਈ ਆਪਣੇ 'ਚ ਇਨਵੋਲਵ ਕਰਦਾ ਵਾ ਬਾਕੀ ਮਾੜੀਆਂ ਤਾਂ ਸਾਰਿਆਂ ਨੂੰ ਲੱਗਦੀਆਂ ਹੁੰਦੀਆਂ ਚੰਗੀਆਂ ਗੱਲਾਂ ਸੱਚਾਈ ਜੋ ਵੀ ਹੈ ਅੱਜ ਕੱਲ੍ਹ ਹੈਗੀ ਆ ਬਾਕੀ ਆਪਾਂ ਹੁਣ ਕੀ ਕਹਿ ਸਕਦੇ ਬਾਕੀ ਖੁਸ਼ ਰਿਹਾ ਕਰੋ ਆਪਣੀ ਜ਼ਿੰਦਗੀ 'ਚ ਕਿਉਂਕਿ ਮਤਲਬ ਲਈ ਦੁਨੀਆ ਇੱਥੇ ਜੇ ਤੁਸੀਂ ਕਿਸੇ ਦਾ ਬਾਲਾ ਵੀ ਕਰੂੰਗੇ ਨਾ ਅਗਲੇ ਨੇ ਸਮਝਣਾ ਕਿ ਇਹ ਉਹ 'ਚ ਵੀ ਮਤਲਬ ਇਹ ਰੱਖਦਾ ਆਪਣਾ ਕਿ ਇਹਨੂੰ ਮੇਰੇ ਨਾਲ ਕੋਈ ਮਤਲਬ ਆ ਭਾਵੇਂ ਤੁਸੀਂ ਯਾਰੀ ਲੈ ਲਓ ਭਾਵੇਂ ਤੁਸੀਂ ਜੋ ਮਰਜ਼ੀ ਲੈ ਲਓ ਘਰਦਿਆਂ ਤੋਂ ਬਿਨਾਂ ਸਾਨੂੰ ਕਿਸੇ ਨੇ ਨਹੀਂ ਪੁੱਛਣਾ ਤੁਸੀਂ ਜਿੰਨਾ ਮਰਜ਼ੀ ਕਹ ਲਓ ਕਿ ਮੂੰਹ ਬੋਲਾ ਕੋਈ ਵੀ ਬਣਾ ਲਓ ਕਿ ਇਹ ਮੇਰਾ ਭਰਾ ਵਾ ਹੈ ਨਾ ਜਾਂ ਇਹ ਮੇਰੀ ਭੈਣ ਆ ਜਾਂ ਕੁਛ ਵੀ ਆ ਖੂਨ ਦਾ ਰਿਸ਼ਤਾ ਤਾਂ ਬੰਦੇ ਦਾ ਖੂਨ ਦਾ ਹੀ ਹੁੰਦਾ ਮੇਰੀ ਲਾਈਫ ਦਾ ਪਰਸਨਲ ਐਕਸਪੀਰੀਅੰਸ ਆ ਕਿ ਜੇ ਬੰਦਾ ਨਾ ਕੁਛ ਕਰਨਾ ਚਾਹੁੰਦਾ ਤਾਂ ਉਹਨੂੰ ਆਪਣੇ ਆਪ 'ਤੇ ਯਕੀਨ ਰੱਖਣਾ ਚਾਹੀਦਾ ਕਿ ਇਹ ਨਾ ਤੱਕੋ ਕਿ ਹਾਂ ਕਿ ਆਹ ਬੰਦਾ ਮੇਰੀ ਸਪੋਰਟ ਕਰੂਗਾ ਤਾਂ ਮੈਂ ਬਹੁਤ ਉੱਚਾ ਚੱਲ ਜੂੰਗਾ ਕਿਉਂਕਿ ਯਾਰ ਤੁਸੀਂ ਇਕੱਲੇ ਆਏ ਤੁਸੀਂ ਇਕੱਲੇ ਜਾਣਾ ਹੈ ਨਾ ਅਤੇ ਆਪਣੇ ਆਪ 'ਤੇ ਯਕੀਨ ਰੱਖੋ ਕਿ ਹਾਂ ਮੈਂ ਕੁਛ ਕਰ ਸਕਦਾ ਠੀਕ ਆ ਜਿਹਦੇ ਜੇ ਤੁਸੀਂ ਹੈ ਨਾ ਕਿਸੇ ਕੋਲ ਹੈਲਪ ਮੰਗੋਗੇ ਕਿ ਮੇਰੀ ਇਹ 'ਚ ਮਦਦ ਕਰਦੇ ਕੁਛ ਵੀ ਅਗਲੇ ਨੇ ਤੁਹਾਡੇ ਆਸਾਨ ਗਣਾਉਣਾ ਅਤੇ ਅਗਲੇ ਨੇ ਤੁਹਾਡੇ ਹੱਸਣਾ ਪਰ ਜੇ ਤੁਸੀਂ ਉਹ ਆਪੇ ਤੁਸੀਂ ਆਪਣੇ ਆਪ 'ਚ ਆਪ ਕਰਨਾ ਤੁਸੀਂ ਆਪ ਕਰੋਗੇ ਤਾਂ ਅਗਲੇ ਬੰਦੇ ਨੇ ਸੜਨਾ ਕੀ ਹੈ ਨਾ ਕਿਉਂਕਿ ਜਦੋਂ ਵੀ ਕੋਈ ਬੰਦਾ ਨਾ ਕੁਛ ਕਰਨਾ ਚਾਹੁੰਦਾ ਤਾਂ ਕੋਈ ਉਹਦਾ ਹੱਥ ਪੱਲਾ ਨਹੀਂ ਫੜਦਾ ਸਭ ਜਲਦੇ ਹੁੰਦੇ ਕਿ ਇਹ ਸਾਡੇ ਤੋਂ ਉੱਪਰ ਨਾ ਚੱਲ ਜਾਵੇ ਸਾਡੇ ਤੋਂ ਤਰੱਕੀ ਨਾ ਕਰੇ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਬਾਬੇ ਜੈਲਸ ਨਾ ਕਰਿਆ ਕਰੋ ਕਿਸੇ ਨਾ ਆਪਣੇ ਆਪ ਨੂੰ ਇੰਨਾ ਵਧੀਆ ਬਣਾਓ ਕਿ ਲੋਕ ਤੁਹਾਨੂੰ ਕਾਪੀ ਕਰਨ ਨਾ ਕਿ ਜੈਲਸ ਕਰਨ ਤੁਸੀਂ ਜੈਲਸ ਕਰਕੇ ਕੀ ਕਰ ਲਉਂਗੇ ਕੁਛ ਵੀ ਨਹੀਂ ਬਣਨਾ ਤੁਹਾਡਾ ਤੁਸੀਂ ਉੱਥੇ ਦੇ ਉੱਥੇ ਰਹਿਣ ਇਸ ਲਈ ਆਪਣੇ ਆਪ ਦੇ ਇੰਨਾ ਵਰਕ ਕਰੋ ਕਿ ਹਾਂ ਕਿ ਅਸੀਂ ਵੀ ਇੱਕ ਜਿੱਦਾਂ ਮਤਲਬ ਟਾਰਗੇਟ ਰੱਖ ਲਓ ਕਿ ਹਾਂ ਇਹ ਟਾਰਗੇਟ ਮੈਂ ਅਚੀਵ ਕਰਨਾ ਜਿੱਦਾਂ ਮਰਜ਼ੀ ਆ ਹੁਣ ਮੇਰਾ ਵੀ ਹੈਗਾ ਪਰ ਜਿੱਦਣ ਮੈਂ ਪੂਰਾ ਕਰੂੰਗਾ ਮੈਂ ਤੁਹਾਨੂੰ ਦੱਸੂੰਗਾ ਬਾਕੀ ਯਾਰ ਅੱਜ ਕੱਲ੍ਹ ਯਾਰੀਆਂ ਯੂਰੀਆਂ ਵੀ ਸਭ ਪੈਸੇ ਪੱਖੇ ਆ ਜੇ ਤੁਸੀਂ ਪੈਸੇ ਦੇ ਦਿੱਤੇ ਤਾਂ ਠੀਕ ਆ ਨਹੀਂ ਤਾਂ ਅਗਲੇ ਨੇ ਤੁਹਾਨੂੰ ਮੁੜ ਕੇ ਪੁੱਛਣਾ ਹੀ ਨਹੀਂ ਹੈਗਾ ਕਿਉਂਕਿ ਪੈਸੇ ਦੀ ਮਤਲਬ ਦੀ ਦੁਨੀਆ ਪੈਸੇ ਨਾਲ ਸਭ ਕੁਛ ਚੱਲਦਾ ਅੱਜ ਕੱਲ੍ਹ ਯਾਰ ਤੁਹਾਡਾ ਹੋਰ ਜੋ ਮਰਜ਼ੀ ਲੈ ਲਓ ਇਸ ਲਈ ਕਿਸੇ ਲਈ ਇੰਨਾ ਨਾ ਮਰਿਆ ਕਰੋ ਬਾਕੀ ਜੇ ਬੰਦਾ ਤਾਂ ਬਹੁਤ ਕੰਨ ਨੂੰ ਆਵੇ ਤਾਂ ਬਹੁਤ ਕੁਛ ਕਰ ਸਕਦਾ ਜੇ ਦੁਨੀਆ ਚੰਨ 'ਤੇ ਪਹੁੰਚ ਗਈ ਆ ਤਾਂ ਤੁਹਾਨੂੰ ਕੀ ਆ ਤੁਸੀਂ ਵੀ ਬਹੁਤ ਕੁਛ ਕਰ ਸਕਦੇ ਆ ਇਸ ਲਈ ਆਪਣੇ ਆਪ 'ਤੇ ਯਕੀਨ ਰੱਖੋ ਕਿਸੇ ਵੱਲ ਨਾ ਦੇਖੋ ਕਿ ਹਾਂ ਉਹ ਮੈਨੂੰ ਕੁਛ ਕਰੂਗਾ ਤਾਂ ਮੈਂ ਤਾਂ ਕੁਛ ਕਰਨਾ ਬਾਕੀ ਯਾਰ ਅੱਜ ਕੱਲ੍ਹ ਕਿਸੇ ਦਾ ਫਾਇਦਾ ਫੁਦਾ ਹੈ ਨਹੀਂ ਕਿਸੇ ਦਾ ਫਾਇਦਾ ਕਰਨ ਦਾ ਵੀ ਨਹੀਂ ਹੈਗਾ ਅਗਲੇ ਨੂੰ ਇਹ ਲੱਗਣਾ ਕਿ ਇਹਨੂੰ ਵੀ ਮੇਰੇ ਨਾਲ ਮਤਲਬ ਹੀ ਆ ਯਾਰੀ ਬਸ ਉਨੇ ਚੱਕਰ ਹੀ ਆ ਜਿੰਨਾ ਤੇਰੇ ਚੱਕਰ ਪੈਸਾ ਸਾਡੇ ਕੋਲ
पैसे तो बिना नहीं। जे अगले दिन ना पैसे वाला कोई यार मित्र मिलता अगले दिन तो यारी भुल जानी अगले कहना इस तू की लैना है सू अगले पैसे खिलाने वाला है। बाकी बंदे नू अपना जे बंदा कामयाब हो जाए ना अपना पिछा नहीं भुलना चाहिए क्योंकि बंदे नू अपना माड़ा टाइम याद होना चाहिए कि मैं इत्थों उठिया तो मैं कित्थे सी ते मैं कित्थे आ गया। जिहड़ा बंदा अपना पिछा भुल गया तो फिर वह कोई बंदा थोड़ी आ। जे फिर आप ला दें हालात का है ना कि हालात माड़े आ जां कुछ भी आ पर इस हालात तो टाइम का कुछ नहीं ये सब कुछ बंदे दे हाथ हुंदा क्योंकि अज कल ना तुसी कोई रिश्ता बनाने बंदे ना फिर तुसी उन्हां मैमरीज बनाने या कुछ भी फिर तुसी अगले नूं छड्ड दिंदे आ फिर तुसी कहने कि मेरी मजबूरी है टाइम आना पर बंदे नूं पहला तो पता हुंदा बंदा पहले कह दे कि भाई मेरी औकात है नहीं तेना रहण दी ठीक आ मैं नहीं तेना रह सकदा ते फिर इन्ना कुछ बंदा उम्मीदा जगा के भी है ना ऐदा करता फिर बाद चो फिर दुख लगता बंदे नूं कि मैं इस बंदे का किया जिहदी औकात है नहीं सी मैनू ऐदा मेरे नाल निभाउण दी जां कुछ भी। इसलिए अपने आप से रहना सीखो। मैं तो अपना हुण इक्के रखिया पहला आपां बहुत असूल तोड़े जिंदगी दे पर हुण एक असूल बनाया जिहनूं छड्डता बस छड्डता भावें अगला बंदा मरदा होवे मूहरे आपां उहदी सार नहीं लैणी। की लैणा यार ऐदा दे बंदियां तों जे तुसीं मैं तुहानूं दस्सदा जे किसी बंदे ने ना ਤੁਹਾਡਾ ਸਾਨ ਮੰਨਣਾ ਉਹਨੇ ਪਾਣੀ ਦਾ ਗਲਾਸ ਦਿੱਤੇ ਦਾ ਵੀ ਸਾਨ ਹੋਣਾ ਕਿ ਹਾਂ ਇਹ ਬੰਦੇ ਨੇ ਮੈਨੂੰ ਗਲਾਸ ਦਿੱਤਾ ਸੀ ਪਾਣੀ ਦਾ ਹੈ ਨਾ। ਪਰ ਜਿਹੜੀ ਇੱਕ ਬੰਦੇ ਇੱਦਾਂ ਦੇ ਹੁੰਦੇ ਕਿ ਤੁਸੀਂ ਨਾ ਜਿੰਨਾ ਮਰਜ਼ੀ ਗੱਲ ਹੋ ਅਗਲੇ ਨੇ ਤੁਹਾਡੀ ਕਦਰ ਇਹ ਨਹੀਂ ਕਰਨੀ ਭਾਵਾਂ ਤੁਸੀਂ ਜੋ ਰੋ ਲਓ ਪਿੱਟ ਲਓ ਜੋ ਮਰਜ਼ੀ ਗੱਲ ਲਓ ਜਿਹਨੇ ਕਦਰ ਨਹੀਂ ਕਰਨੀ ਨਾ ਉਹਨੇ ਨਹੀਂ ਕਰਨੀ। ਇਸ ਲਈ ਉਹਨਾਂ ਮਗਰ ਨਾ ਭੱਜੋ। ਇਹ ਆਪਣੀ ਦੁਨੀਆਂ ਦਾ ਦਸਤੂਰ ਆ ਕਿ ਜਿਹੜਾ ਆਪਣੀ ਕਦਰ ਕਰਦਾ ਨਾ ਆਪਾਂ ਉਹਦੇ ਮਗਰ ਨਹੀਂ ਪੈਣਾ। ਜਿਹੜੇ ਸਾਡੀ ਬੇਕਦਰੀ ਕਰਦਾ ਨਾ ਅਸੀਂ ਉਹਦੇ ਮਗਰ ਭੱਜੇ ਫਿਰਦੇ ਹਾਂ ਕਿ ਯਾਰ ਮੈਂ ਇੰਨਾ ਰਹਿਣਾ ਇੰਨਾ ਰਹਿਣਾ। ਫਿਰ ਜਦੋਂ ਨਾ ਅਗਲਾ ਲੱਤ ਮਾਰਦਾ ਫਿਰ ਬੰਦੇ ਨੂੰ ਪਤਾ ਲੱਗਦਾ ਕਿ ਯਾਰ ਉਹ ਬੰਦਾ ਸਹੀ ਆ ਜਿਹੜੀ ਮੇਰੇ ਕਦਰ ਕਰਦਾ। ਫਿਰ ਬਾਅਦ 'ਚੋਂ ਰਿਗਰੈਟ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ। ਇਹ ਸਭ ਫਕਿੰਗ ਥਿੰਗਸ ਹੈ ਇੱਥੇ ਦੀ ਕੋਈ ਫਾਇਦਾ ਨਹੀਂ ਹੈਗਾ। ਇਸ ਲਈ ਆਪਣੇ 'ਚ ਰਹਿਣਾ ਸਿੱਖੋ। ਆਪਾਂ ਤਾਂ ਇਹੀ ਸਿੱਖਿਆ ਮੈਂ ਤੁਹਾਨੂੰ ਦੱਸਦਾ ਮੇਰੇ ਸਿਰਫ ਬਹੁਤ ਗਿਣਵੇਂ ਚੁਣਵੇਂ ਯਾਰ ਆ। ਆਪਾਂ ਭੇਡਾਂ ਇਕੱਠੀਆਂ ਨਹੀਂ ਕੀਤੀਆਂ ਨਾ ਆਪਾਂ ਨੂੰ ਬਾਹਲਾ ਸ਼ੌਂਕ ਆ ਠੀਕ ਆ ਕਿਉਂਕਿ ਮੇਰੇ ਮੰਨਣਾ ਇਹ ਆ ਕਿ ਕੁਆਲਿਟੀ ਮੈਟਰ ਕਰਦੀ ਕੁਆਂਟਿਟੀ ਨਹੀਂ। ਇਹ ਤਾਂ ਕੁੱਤਿਆਂ ਦੇ ਵੀ ਤਾਂ ਯਾਰ ਹੁੰਦੇ ਆ ਇੰਨੇ ਭੇਡਾਂ ਇਕੱਠੀਆਂ ਕਰਕੇ ਕੀ ਫਾਇਦਾ। ਤੁਹਾਨੂੰ ਦੱਸਾਂ ਬੰਦਾ ਕਹੇ ਮੇਰੇ ਬਹੁਤ ਯਾਰ ਆ ਜਾਂ ਕੁਛ ਵੀ ਆ ਭੇਡਾਂ ਇਕੱਠੀਆਂ ਕਰ ਲਓ ਇੰਨੇ ਕਤੀੜਖਾਨਾ ਇਕੱਠਾ ਕਰ ਲਓ ਬਾਅਦ 'ਚ ਲੋੜ ਪੈਣ 'ਤੇ ਸਿਰਫ ਇੱਕ ਦੋ ਯਾਰੇ ਖੜ੍ਹਦੇ ਹੁੰਦੇ ਆ ਅਤੇ ਇੱਕ ਦੋ ਯਾਰ ਇੱਦਾਂ ਦੇ ਬਣਾਓ ਜਿਹੜਾ ਤੁਹਾਡੇ ਮਾੜੇ ਟਾਈਮ 'ਚ ਵੀ ਤੁਹਾਡੇ ਨਾਲ ਖੜ੍ਹਨ। ਬਾਕੀ ਯਾਰ ਗੱਲਾਂ ਤਾਂ ਬਹੁਤ ਆ ਬਾਕੀ ਵਕਤ ਵਕਤ 'ਤੇ ਆਪਾਂ ਕਰਾਂਗੇ। ਬਾਕੀ ਖੁਸ਼ ਰਿਹਾ ਕਰੋ ਆਪਣੀ ਜ਼ਿੰਦਗੀ 'ਚ ਨਜ਼ਾਰੇ ਲਿਆ ਕਰੋ ਲੋਕਾਂ ਦੀ ਪਰਵਾਹ ਨਹੀਂ ਕਰਨੀ ਬਸ ਜੋ ਬੋਲਦੇ ਬੋਲੀ ਜਾਣ। ਜਦੋਂ ਤੁਸੀਂ ਕਾਮਯਾਬ ਹੋਣਾ ਨਾ ਇਹੀ ਲੋਕਾਂ ਨੇ ਤੁਹਾਡੇ ਮਗਰ ਆਉਣਾ ਕਿ ਹਾਂ ਸਾਨੂੰ ਤਾਂ ਪਤਾ ਸੀ ਤੂੰ ਕਰ ਸਕਦਾ ਬਸ। ਬਾਕੀ ਆਪਣਾ ਚਿੱਲ ਕਰੋ। ਬਾਕੀ ਜੇ ਕੋਈ ਗਲਤੀ ਆ ਤਾਂ ਕੋਈ ਚੱਕਰ ਨਹੀਂ ਆਪਾਂ ਨੂੰ ਕੋਈ ਰਿਗਰੈਟ ਨਹੀਂ ਹੈਗਾ। ਬਾਕੀ ਹੱਦੇ ਵੱਧਦੇ ਰਹੋ। ਮਿੱਤਰੋ ਮੇਰੇ ਬੋਲੂ ਬੋਲੂ ਨੂੰ ਜਿੱਥੇ ਵੀ ਜਾਂਦੇ ਟੱਕਰੇ ਜਾਂਦਾ ਕੋਈ ਨਾ ਕੋਈ ਗੋਲੂ ਬੋਲੂ ਆਹ ਸਾਡਾ ਵਾਲਾ ਗੋਲੂ ਬੋਲੂ ਦਿਖਾ ਦੇ ਆਹ ਦੇ ਗੱਲਾਂ ਦੇਖੋ ਮੁੰਡੇ ਆ ਚੈੱਕ ਕਰੋ ਗੱਲਾਂ ਉਹ ਵੀ ਆ ਚੈੱਕ ਕਰੋ ਦਲਜੀਤ ਦੋਸਾਂਝ ਦਾ ਘਰ ਆਹ ਦੇਖੋ ਕਿੱਡਾ ਪੋਸਟਰ ਲਾਇਆ ਉਹਦੇ ਘਰ ਦਾ ਆਹ ਵਾ ਘਰ ਉਹਦਾ ਦਲਜੀਤ ਦੋਸਾਂਝ ਦਾ ਇਹਦੇ ਡੈਡੀ ਤਾਂ ਇੱਥੇ ਹੈ ਮੇਰੇ ਹਿਸਾਬ ਨਾਲ ਘਰੇ ਹੀ ਆ। ਬਾਕੀ ਘਰ ਚੈੱਕ ਕਰੋ ਤੁਸੀਂ ਟੈਲਾ ਟੁੱਲਾ ਲਾ ਕੇ ਸੈੱਟ। ਅੱਜ ਕੱਲ੍ਹ ਦੇ ਜਵਾਕ ਫੋਨਾਂ ਤੋਂ ਬਿਨਾਂ ਗੱਲੇ ਨਹੀਂ ਕਰਦੇ। ਖੁੱਦੀ ਹੋ ਪਈ ਸੁਖਮਣੀ ਇੱਧਰ ਦੇ ਕਾਹ ਦੇ ਮੈਂ ਤਾਂ ਖੁੱਬੀ ਹੋ ਪਈ ਆ ਪਤਾ ਹੀ ਲੱਗਦਾ ਇੱਧਰ ਉਹ। India is very nice. The people so very kind. And I in here already 5 months. And I have some friends in here. Oh, they are very nice. Okay. Tell me about Indian people. So you like them or not? Yes, I like because my husband is Indian. So that's why you like Indian. ਲੋ ਵੀ ਪੰਜਾਬੀ ਹੋ ਦੇਖ ਲਓ ਫਿਰ ਪੰਜਾਬੀਆਂ ਨੇ ਕਿੱਥੇ ਤੱਕ ਮਾਤ ਪਾਈ ਹੈ। ਸਿੰਗਾਪੁਰ 'ਚ ਵੀ ਜਾ ਕੇ ਆਪਣੇ ਝੰਡੇ ਗੱਡੇ ਹੋ ਆ ਅਤੇ
ਬਾਕੀ ਆਪਾਂ ਨੂੰ ਗੱਲਬਾਤ ਕਰਕੇ ਬਹੁਤ ਵਧੀਆ ਲੱਗਾ। ਆਪਾਂ ਐਵੇਂ ਕਹਿੰਦੇ ਰਹਿੰਦੇ ਕਿ ਗੋਰੇ ਵਧੀਆ ਨਹੀਂ ਹੈਗੇ, ਪਰ ਇਹਨਾਂ ਦਾ ਨੇਚਰ ਬਹੁਤ ਘੈਂਟ ਲੱਗਾ ਮੈਨੂੰ। ਇਹਨਾਂ ਦੀ ਸੋਚਣੀ ਬਹੁਤ ਘੈਂਟ ਆ। ਇਹ ਕਹਿੰਦੇ ਕਿ ਪੈਸਾ ਮੈਟਰ ਨਹੀਂ ਕਰਦਾ, ਜਿੱਥੇ ਬੰਦੇ ਦਾ ਟਰੱਸਟ ਹੋਵੇ, ਅੰਡਰਸਟੈਂਡਿੰਗ ਹੋਵੇ ਬੰਦੇ ਦੀ। ਅਤੇ ਮੈਨੂੰ ਵੀ ਇਹ ਗੱਲ ਵਧੀਆ ਲੱਗਦੀ ਕਿ ਆਪਣੇ ਪੰਜਾਬੀਆਂ 'ਚ ਇਹ ਗੱਲਬਾਤ ਹੈ ਨਹੀਂ, ਜਿਹੜੀਆਂ ਕੁੜੀਆਂ ਇੱਕ ਦੂਜੇ ਨੂੰ ਟਿੱਚ ਕਰਦੀਆਂ ਜਾਂ ਕੁਛ ਵੀ ਆ, ਇਹਨਾਂ 'ਤੇ ਪੈਸਾ ਨਹੀਂ ਮੈਟਰ ਕਰਦਾ, ਇਹਨਾਂ 'ਤੇ ਪਿਆਰ ਮੈਟਰ ਕਰਦਾ। ਲਓ ਵੀ ਮਿੱਤਰੋ, ਆ ਤੁਹਾਨੂੰ ਸ਼ਾਇਰੀ ਸੁਣਾਉਂਦੇ ਆ। ਬੋਲੋ। ਮੈਂ ਕੀਰਤ ਸਿੰਘ ਖਾਨ। ਹਾਂਜੀ। ਆਪਣੀ ਕਲਮ ਤੋਂ ਲਿਖਿਆ ਗੀਤ। ਹਾਂਜੀ। ਪਰਦੇਸ ਦਾ ਕੀ ਸੁਣਾਉਣਾ ਹੈ? ਸੁਣਾਓ। ਵਿੱਚ ਪਰਦੇਸਾਂ ਜ਼ਿੰਦਗੀ ਕਾਹਦੀ, ਵਿੱਚ ਪਰਦੇਸਾਂ ਜ਼ਿੰਦਗੀ ਕਾਹਦੀ, ਦਰਦਰ ਰੁਲਣਾ ਪੈਂਦਾ, ਕਰਦੀ ਅੱਧੀ ਖਾਣੀ ਚੰਗੀ, ਖੇਲ ਨਵਾਣਾ ਕਹਿੰਦਾ, ਕਰਦੀ ਅੱਧੀ ਖਾਣੀ ਚੰਗੀ, ਖੇਲ ਨਵਾਣਾ ਕਹਿੰਦਾ, ਕੱਚੀਆਂ ਹਵੇਲੀਆਂ ਅਤੇ ਟਾਰਿਆਂ 'ਚ ਪੜ ਕੇ, ਕੱਚੀਆਂ ਹਵੇਲੀਆਂ ਅਤੇ ਟਾਰਿਆਂ 'ਚ ਪੜ ਕੇ, ਹੁਣ ਰਹੇ ਹਾਂ ਵਿਦੇਸ਼ੀ ਧੱਕੇ ਖਾ, ਦੁੱਖ ਸੁੱਖ ਜ਼ਿੰਦਗੀ ਦੇ ਸਾਰੇ ਅਸੀਂ ਦੇਖ ਲੈ, ਪਰ ਲੱਥਾਂ ਨਹੀਂ ਉਹ ਜ਼ਿੰਦਗੀ ਦਾ ਚਾਹ, ਪਰ ਲੱਥਾਂ ਨਹੀਂ ਉਹ ਜ਼ਿੰਦਗੀ ਦਾ ਚਾਹ, ਮਾਂ ਬਾਪ ਤਾਂ ਹੀ ਬਿਨਾਂ ਮਿਲ ਸਕੇ ਤੁਰ ਰਿਹਾ ਸਾਨੂੰ ਉਡੀਕਦੇ, ਕਿਉਂਕਿ ਕੱਚੇ ਆ ਨਾ, ਮਾਂ ਬਾਪ ਤਾਂ ਹੀ ਬਿਨਾਂ ਸਾਨੂੰ ਮਾਂ ਬਾਪ ਤਾਂ ਹੀ ਬਿਨਾਂ ਮਿਲ ਸਕੇ ਤੁਰ ਗਏ ਸਾਨੂੰ ਉਡੀਕਦੇ, ਵਤਨਾਂ ਨੂੰ ਜਾਣਦੀਆਂ ਲਾਉਂਦਾ ਸਕੀਮਾਂ ਹੈ ਵੀ ਮਨ ਵਿੱਚ ਸੁਪਨੇ ਉਡੀਕਦੇ, ਸੋਚਿਆ ਨਹੀਂ ਬੈਠ ਕੇ ਧਿਆਨ ਨਾਲ ਕਦੇ ਵੀ ਨਹੀਂ ਜ਼ਿੰਦਗੀ ਦਾ ਕੋਈ ਵੀ ਵਸਾ, ਕੱਚੀਆਂ ਹਵੇਲੀਆਂ ਅਤੇ ਟਾਰਿਆਂ 'ਚ ਪੜ ਕੇ ਰਹੇ ਹਾਂ ਵਿਦੇਸ਼ੀ ਧੱਕੇ ਖਾ, ਸਾਰੇ ਪਰਿਵਾਰ ਦੀਆਂ ਜ਼ਿਆਦਾ ਵੱਢ ਖਾਂਦੀਆਂ, ਸਾਰੇ ਪਰਿਵਾਰ ਦੀਆਂ ਜ਼ਿਆਦਾ ਵੱਢ ਖਾਂਦੀਆਂ, ਮਿੱਤਰ ਅਤੇ ਹਾਣੀ ਯਾਦ ਆਉਂਦੇ ਨੇ, ਖੁਸ਼ੀ ਵਾਲੇ ਦਿਨ ਵੀ ਚੁੱਪ ਹੋ ਸਾਡੇ ਜਿਹੜੇ, ਲੋਕ ਸਾਰੇ ਖੁਸ਼ੀਆਂ ਮਨਾਉਂਦੇ ਨੇ, ਘਰ ਦੇ ਸਨੇਹ ਬਾਲ ਬੱਚੇ ਇੱਕ ਵਾਰੀ ਵਤਨਾਂ ਨੂੰ ਆ, ਕੱਚੀਆਂ ਹਵੇਲੀਆਂ ਅਤੇ ਟਾਰਿਆਂ 'ਚ ਪੜ ਕੇ ਰਹੇ ਹਾਂ ਵਿਦੇਸ਼ੀ ਧੱਕੇ ਖਾਣ, ਜੇਲ੍ਹ ਵਿਦੇਸ਼ਾਂ ਦੀ ਬਹੁਤ ਹੈ ਮਿੱਠੀ, ਜੇਲ੍ਹ ਵਿਦੇਸ਼ਾਂ ਦੀ ਬਹੁਤ ਹੈ ਮਿੱਠੀ, ਇੱਥੋਂ ਜਾ ਕੇ ਕੋਈ ਕੋਈ ਮੁੜਦਾ, ਟੁੱਟ ਜਾਂਦਾ ਟਾਹਣੀ ਨਾਲ ਪੱਤਾ ਜਿਵੇਂ ਸੱਜਣਾ, ਮੁੜ ਕੇ ਨਹੀਂ ਉਹ ਜੁੜਦਾ, ਰੋਕਿਆ ਬਥੇਰਾ ਸਾਰਿਆਂ ਨੇ, ਰੋਟੀ ਤੇ ਲਾਵਾਂ ਕੇ ਕਮਾ, ਕੱਚੀਆਂ ਹਵੇਲੀਆਂ ਅਤੇ ਟਾਰਿਆਂ 'ਚ ਪੜ ਕੇ ਰਹੇ ਹਾਂ ਵਿਦੇਸ਼ੀ ਧੱਕੇ ਖਾ, ਚੂਪਦੇ ਸੀ ਗੰਨੇ ਛੱਪਦੇ ਸੀ ਦਾਣੇ, ਚੂਪਦੇ ਸੀ ਗੰਨੇ ਚੱਪਦੇ ਸੀ ਦਾਣੇ, ਉਹ ਸਵਰਗ ਨਜ਼ਾਰੇ ਨਹੀਂ ਭੁੱਲਦੇ, ਘਰ ਘਰ ਪਿਛਲੀਆਂ ਗੰਨਾਂ ਅੱਖਾਂ ਵਿੱਚੋਂ ਹੰਝੂ ਪੈਣੇ ਤੁਲਦੇ, ਆਉਂਦੇ ਸੀ ਪਿਆਰ ਨਾਲ ਘੁੱਟ ਘੁੱਟ ਜੱਪੀਆਂ, ਚੜ੍ਹਦਾ ਹੁੰਦਾ ਸੀ ਬੜਾ ਚਾਹ, ਕੱਚੀਆਂ ਹਵੇਲੀਆਂ ਅਤੇ ਟਾਰਿਆਂ 'ਚ ਪੜ ਕੇ ਰਹੇ ਹਾਂ ਵਿਦੇਸ਼ੀ ਧੱਕੇ ਖਾ, ਪਿੱਪਲਾਂ ਅਤੇ ਬੋੜਾਂ ਦੀਆਂ ਛਾਵਾਂ ਯਾਦ ਆਉਣੀਆਂ, ਪਿੱਪਲਾਂ ਅਤੇ ਬੋੜਾਂ ਦੀਆਂ ਛਾਵਾਂ ਯਾਦ ਆਉਣੀਆਂ, ਬੰਨ ਮੰਨ ਬੈਠਦੇ ਸੀ ਟੋਲੀਆਂ, ਖੇਡਦੇ ਸੀ ਤਾਸ਼ ਕਦੀ, ਪੌਣ ਲੱਗਦੇ ਸੀ ਉੱਚੀ ਉੱਚੀ ਬੋਲੀਆਂ, ਕੱਢ ਕੇ ਕਮਾਦ ਵਿੱਚੋਂ ਪਹਿਲੇ ਤੋੜ ਦੀ, ਲੈਂਦੇ ਸੀ ਗਲਾਸੀ ਸਾਰੇ ਲਾਂ, ਕੱਚੀਆਂ ਹਵੇਲੀਆਂ ਅਤੇ ਟਾਰਿਆਂ 'ਚ ਪੜ ਕੇ ਰਹੇ ਹਾਂ ਵਿਦੇਸ਼ੀ ਧੱਕੇ ਖਾ, ਆਖਰੀ ਆ ਜੀ, ਫਿਰ ਨਵਾਣਾ ਸੋਚਦਾ ਹੈ ਕਈ ਵਾਰੀ, ਤੇਰਾ ਇਹ ਤੇ ਰੱਖਿਆ ਹੈ ਕਿ ਫਿਰ ਨਵਾਣਾ ਸੋਚਦਾ ਹੈ ਕਈ ਵਾਰੀ, ਤੇਰਾ ਇਹ ਤੇ ਰੱਖਿਆ ਹੈ ਕਿ ਬਾਲ ਬੱਚੇ ਭੈਣ ਭਾਈ ਛੱਡ ਕੇ ਤੂੰ ਚੱਲਿਆ, ਤੇ ਇੱਥੇ ਲਾਈ ਬੈਠਾ ਜੀ, ਤੁਰ ਚੱਲ ਬਦਨਾਂ ਨੂੰ ਇਹ ਗੱਲ ਚੰਗੀ, ਜਾ ਕੇ ਰੁੱਖੀ ਸੁੱਕੀ ਲੈਣੀ ਅਸੀਂ ਖਾਂ, ਕੱਚੀਆਂ ਹਵੇਲੀਆਂ ਅਤੇ ਟਾਰਿਆਂ 'ਚ ਪੜ ਕੇ ਰਹੇ ਹਾਂ ਵਿਦੇਸ਼ੀ ਧੱਕੇ ਖਾ, ਰਹੇ ਹਾਂ ਵਿਦੇਸ਼ੀ ਧੱਕੇ ਖਾ, ਆਪਣੀ ਲਾਈਫ ਦਾ ਐਕਸਪੀਰੀਅੰਸ ਦੱਸ ਦਿਓ ਸਾਰਾ ਹੈ, ਜੋ ਬਾਹਰ ਧੱਕੇ ਖਾਧੇ ਹੁੰਦੇ ਨੇ। ਮਿੱਤਰੋ, ਘੁੰਮਣਾ ਫਿਰਨਾ ਹੋ ਗਿਆ ਆਪਣਾ ਡਨ, ਅਤੇ ਹੁਣ ਵਾਰੀ ਆ ਕੰਮ ਕਰਨ ਦੀ, ਹੁਣ ਯਾਰ ਹੋਣੀ ਚੱਲੇ ਆ ਕੰਮ ਕਰਨ, ਆਪਣੇ ਅੱਜ ਬੰਦੇ ਹੈਗੇ ਤਾਂ ਆਪੇ ਲੱਗਣਾ ਪੈਣਾ। ਮਿੱਤਰੋ, ਅੱਜ ਕੰਮ ਕਰਨ ਵਾਲੇ ਬੰਦੇ ਛੁੱਟੀ 'ਤੇ, ਅੱਜ ਮੈਂ ਤਾਂ ਮੱਖਣ ਜੀ ਹਾਂ ਬਸ, ਮੱਖਣਾ ਅੱਜ ਤੈਨੂੰ ਅੜਕੇ ਚਾੜਨਾ ਦੇਖਦਾ, ਕੰਮ ਹੋਇਆ ਸਾਡਾ ਮੱਖਣੇ ਇਕੱਲਾ 100 ਵਰਗਾ, ਮੱਖਣ ਜਦੋਂ ਕੰਮ ਕਰਦੇ ਆ ਜਾਵੇ ਫੇਰ ਨਹੀਂ ਦੇਖਦਾ ਇਹ, ਫੇਰ ਭਾਵਾਂ ਜਿੰਨਾ ਮਰਜ਼ੀ ਕੰਮ ਹੋਵੇ ਆਹ ਦੇਖਦਾ, ਫੇਰ ਗੋਲੀ ਅੰਦਰ ਗਈ ਹੁਣ ਮੱਖਣ ਦੇ, ਮੱਖਣ ਐਟਮੀ ਆ। ਲਓ ਵੀ ਮਿੱਤਰੋ, ਮਿਲੋ ਮੱਖਣ ਜੀ ਨੂੰ, ਅੱਜ ਸੀਰੀਅਸ ਹੋਏ ਪਏ, ਦੁਕਾਨ ਦੇ ਉੱਪਰੇ ਚੜੇ ਪਏ ਆ, ਮੱਖਣਾ ਅੱਜ ਕੀ ਹੋ ਗਿਆ? ਲੈ ਅੱਜ ਕੰਮ ਨੂੰ ਬੜਾ ਹੀ ਸੀਰੀਅਸ ਲੱਗਦਾ ਮੱਖਣ, ਦੇਖਦਾ ਉੱਪਰ ਚੜਿਆ ਪਿਆ ਅੱਜ ਮੱਖਣਾ, ਅੱਤ ਕਰਾਤੀ ਅੱਤ।
अरे ज्यादा ही कुछ किता लाता काम नहीं, मेहनत ही है मक्खन ते लेग ता खतरों के खिलाड़ी कितना बड़ी जाता है मक्खन ही नीलो नु दसना कहना मुंडा मेहनती है नीलो मक्खन दी वाइफ लै ता क्या कहते फटे दुनियादारी बारे तेरे की विचार आ मगना तेरी अखा दे जनता बहुत दीवानी अखा दिखा दे एक बार कहते अखा तेरिया कहते चढ़िया रही की खाना गरीब बंदा तुप्पे सड़दा मिट्टा चकदा रेता चकदा जो मुंडा कहंदा ओह कर दो जो मुंडा कहंदा कर दो सबसक्राइब कर दो कर दो एदा कर दो कर दो मखन ने भी कहता बाबे कर दया करो ता की जाता सबसक्राइब कर सानू मोटिवेशन हो जाती ना मखन आप होर वीडियो पानी सबसक्राइब कर दो चैनल नू ताडा कुछ नहीं कसम लगा।